अच्छा लैस लानी सी बटन लाने हैं ले आवांगे तो लाना है जो काज कर बिस्मिल्लाहिर्रहमानिर्रहीम। हेलो गाइस, गुड मॉर्निंग। गुड मॉर्निंग हजे मैं से नहीं आया सुबह आ गया आज एक साढ़े कॉफी का टाइम है कॉफी बिंदे पीनी है अच्छे अच्छे दी आ जाओ आ ठंडी ना हो जाए ठंडी ना हो जाए ਅਸੀਂ ਜੀ ਕਾਵਾ ਬਣਾਇਆ ਅੱਜ ਦੁੱਧ ਕੋਈ ਨਹੀਂ ਅੱਛਾ ਤੇ ਕੱਲ ਭੈਣ ਭਰਾਵਾਂ ਦੇ ਬਹੁਤ ਪੈੜੇ ਪੈੜੇ ਕਮੈਂਟ ਆਏ ਪੈੜੇ ਪੈੜੇ ਨਹੀਂ ਹੁੰਦੇ ਅਸੀਂ ਕਿਹਾ ਉਹਨਾਂ ਨੂੰ ਨਹੀਂ ਸੋਰੀ ਵੈਸੇ ਸਾਡਾ ਅਸੀਂ ਮਾਦਰਤ ਖਾ ਆਪਣੇ ਤਮਾਮ ਭੈਣਾ ਭਰਾਵਾਂ ਨੂੰ ਨਹੀਂ ਮੈਂ ਪਾਇਆ ਵੀ ਇਹਨਾਂ ਕੋਈ ਨਹੀਂ ਸੀ ਟਾਈਮ ਬਸ ਨਾ 40-42 ਸਕਿੰਟ ਦਾ ਸੀਗਾ ਸਹੀ ਹੈ ਨਾ ਨਹੀਂ ਜਿਹੜੀ ਗੱਲ ਗਲਤ ਹੋ ਗਲਤ ਹੈ ਸਹੀ ਕਿਹਾ ਉਹਨਾਂ ਨੇ ਠੀਕ ਕਿਹਾ ਤੇ ਅਸੀਂ ਸਾਰਿਆਂ ਨੂੰ ਮਾਦਰਤ ਕਰਦੇ ਹਾਂ ਇਨਸ਼ਾਅੱਲਾ ਨੈਕਸਟ ਟਾਈਮ ਇਸ ਤਰ੍ਹਾਂ ਦੀ ਵੀਡੀਓ ਜਾਂ ਵਲੌਗ ਨਹੀਂ ਬਣਾਵਾਂਗੇ ਤਾਂ ਸਾਡਾ ਤੁਹਾਡੇ ਨਾਲ ਪ੍ਰੋਮਿਸ ਆ ਤੇ ਅਸੀਂ ਮਾਦਰਤ ਕਰਦੇ ਹਾਂ औलाद भी नेक साले औलाद अता करे ਸਾਡੇ ਸੁਭਾਨ ਵਰਗੇ ਨੰਨੇ ਮੁੰਨੇ ਤੇ ਇਹ ਦੇਖ ਲਓ ਜੀ ਸਿਰ ਸਿਰੇ ਨੂੰ ਲਾੜਾ ਆਣ ਡਿਆ ਇੱਧਰ ਧੂਆਂ ਬੜਾ ਪੈਣ ਡਿਆ ਇੱਕ ਤਾਂ ਇੱਧਰ ਧੂਆਂ ਪੈਣ ਡਿਆ ਤੇ ਆ ਦੇਖ ਲਓ ਜੀ ਇਹਨਾਂ ਨੂੰ ਸਰਦੀ ਲੱਗੀ ਹੋਈ ਆ ਸੁਭਾਨ ਦੇ ਪਾਪਾ ਬੈਠੇ ਬਿਲਕੁਲ ਚੁੱਲ੍ਹੇ ਦੇ ਅੱਗੇ ਸਵੇਰ ਸਵੇਰ ਟਾਈਮ ਆ ਹੁਣ ਬਾਲਾ ਮਹਿਸੂਸ ਹੁੰਦਾ ਸਵੇਰ ਤੇ ਇੱਕ ਮੈਂ ਉਹ ਬਾਬਾ ਨੂੰ ਛੱਡ ਕੇ ਆਇਆ ਸਵੇਰ ਸਵੇਰ ਉਹਨਾਂ ਨੂੰ ਮੋਟਰਸਾਈਕਲ ਤੇ ਛੱਡਣ ਗਏ ਸੀ ਮੈਂ ਅੱਜ ਤੱਕ ਚਲੇ ਠਹਿਰ ਗਿਆ ਆਂਦੇ ਹੀ ਅੱਗ ਬਾਲ ਕੇ ਨਾ ਚੁੱਲ੍ਹੇ ਦੇ ਅੱਗੇ ਮੈਂ ਕਿ ਇੰਨੀ ਛੇਤੀ ਇੰਨੀ ਸਰਦੀ ਤੇ ਠੀਕ ਹੈ ਲਾ ਖੈਰ ਕਰੇ ਅਗਲਾ ਜਿਹੜਾ ਵੀ ਸੀਨ ਹੋ ਗਿਆ ਹੁਣ ਮੈਂ ਨਾਸ਼ਤੇ ਦੀ ਤਿਆਰੀ ਕਰਨੀ ਹੈ ਬੱਚੇ ਸਕੂਲੇ ਗਲਣਾ ਫਿਲਹਾਲ ਤਿਆਰੀ ਕਰਕੇ ਤੇ ਉਸ ਤੋਂ ਬਾਅਦ ਇਨਸ਼ਾਅੱਲਾ ਅਗਲਾ ਜਿਹੜਾ ਵੀ ਸੀਨ ਹੋਏਗਾ ਆਪਣੇ ਨਾਲ ਸ਼ੇਅਰ ਕਰਾਂਗੇ ਤੇ ਇੱਕ ਵਾਰੀ ਫਿਰ ਮੈਂ ਮਾਜ਼ਰਤ ਕਰੂੰਗੀ ਮੈਨੂੰ ਦੀ ਅਫਸੋਸ ਹੋਇਆ ਕਿ ਮੇਰੇ ਪੈਣਾ ਭਰਾਵਾਂ ਨੂੰ ਇਹ ਵਲੌਗ ਅੱਛਾ ਨਹੀਂ ਲੱਗਿਆ ਤੇ ਇਨਸ਼ਾਅੱਲਾ ਨੈਕਸਟ ਟਾਈਮ ਜੀ ਗੁੱਡ ਮਾਰਨਿੰਗ ਸਵੇਰ 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 ਬਖੈਰ ਸਾਰਿਆਂ ਨੂੰ ਤੇ ਸਾਰੇ ਦੇਖੋ ਜੀ ਕੀ ਹੋਣ ਰਿਹਾ ਸਮੇਰਾ ਕਿੱਧਰ ਗਈ ਹਾਂਜੀ ਕੀ ਹੋ ਰਿਹਾ ਸਵੇਰ ਸਵੇਰ ਨਹੀਂ ਇੱਕ ਕਰ ਲਾ ਘਰ ਹੀ ਪਾਉਣੇ ਘਰ ਹੀ ਪਾਉਣੇ ਚਿੱਟਾ ਬਹੁਤ ਸੋਹਣਾ ਲੱਗਿਆ ਭੈਣਾਂ ਭਰਾਵਾਂ ਨੇ ਹੋਰ ਵੀ ਕਮੈਂਟ ਕੀਤੇ ਸੀ ਵਿੱਚ ਹਾਂ ਉਹ ਮੈਂ ਉਹਨਾਂ ਨੂੰ ਮਾਦਰਤ ਕਰ ਲਈ ਤੇ ਉਹ ਬਿਲੂ ਫਿਰੋਜ਼ੀ ਦਾ ਤਾਂ ਦੁਪੱਟਾ ਪੀਕੋ ਵੀ ਹੋ ਗਿਆ ਹੁਣ ਤਾਂ ਚਿੱਟੇ ਦੀ ਕਰਾਣੀ ਪੈ ਗਈ ਉਹ ਚਾਚਾ ਜੀ ਪੀਕੋ ਹਾਂ ਸੱਚ ਕੱਲ ਮੈਂ ਕਰਵਾ ਕੇ ਵੀ ਲਿਆ ਸੀ ਕਿੱਥੇ ਪੀਕੋ ਦੂਜੇ ਦੀ ਕਰਾਣੀ ਪੀਕੋ ਸਮੀਰ ਅੱਛਾ ਜੀ ਦੇਖੋ ਫਾਈਨਲੀ ਮੇਰਾ ਸੂਟ ਆ ਵਾਕਈ ਸੱਚੀ ਤਿਆਰ ਹੋਣ ਲੱਗਾ ਆ ਦੇਖ ਲਓ ਜੀ ਪੀਕੋ ਕਰਾ ਲਈ ਉਹਨੇ ਪੀਕੋ ਮੈਂ ਕੱਲ ਕਰਾ ਰਿਹਾ ਵਾਲ ਵਾਲ ਉੱਡਦੇ ਸੀ ਨਾ ਇਹਦੇ ਯਾਨੀ ਕਿ ਧਾਗੇ ਵਗੈਰਾ ਹੁਣ ਬਿਲਕੁਲ ਫਾਈਨਲ ਹੋ ਗਈ ਤੇ ਅੱਜ ਚਿੱਟੇ ਦੀ ਕਰਾਣੀ ਤੇ ਨਾਲ ਚਿੱਟੇ ਦੀ ਸੂਈ ਜੀ ਆਹੋ ਚਿੱਟੇ ਦੀ ਕਰਾਣੀ ਨਾ ਹਾਂ ਦੋਨਾਂ ਦੀ ਨਹੀਂ ਕਰਾਣੀ ਭੈਣ ਭਰਾ ਕੋ ਸਮਝਾਵਾ ਇਹਨੂੰ ਨਹੀਂ ਹਜੇ ਨਹੀਂ ਜਾਣਾ ਤੇ ਨਾ ਭੈਣਾ ਭਰਾਵਾਂ ਨੇ ਕਿਹਾ ਮਕਾਨ ਪਾ ਕੇ ਤਸੱਲੀ ਨਾਲ ਟੋਰ ਨਾਲ ਫਿਰ ਵਧੀਆ ਕਰਕੇ ਇਕੱਠੇ ਜਾਵਾਂਗੇ ਸਾਰੇ ਰਲ ਮਿਲ ਕੇ ਅੱਛਾ ਜੀ ਸੁਭਾ ਮਾਨੀ ਹੁਣੀ ਸਕੂਲੋਂ ਆ ਗਏ ਹੁਣੇ ਹੁਣ ਮੈਂ ਲੈ ਕੇ ਆਇਆ ਇਹਨਾਂ ਨੂੰ ਕਿਉਂਕਿ ਅੱਜ ਅਸੀਂ ਛੁੱਟੀ ਤੇ ਮਾਨੀ ਮੈਨੂੰ ਉੱਧਰ ਨੂੰ ਉਸ ਘਰ ਨੂੰ ਖਿੱਚੀ ਜਾਂਦਾ ਤੇ ਮਾਨੀ ਕਿੱਥੇ ਚੱਲਿਆ ਇਹਨੂੰ ਅੱਛਾ ਜੀ ਸੁਭਾ ਨਾ ਤਰੰਗਲੀ ਲੈ ਕੇ ਪਤਾ ਨਹੀਂ ਕੀ ਕਰ ਲਾਂਗਾ ਅੱਜ ਕੀ ਕਰ ਲਾਂਗੇ ਕਚਰਾ ਇਕੱਠਾ ਕਰ ਲਾਂਗਾ ਸੁਭਾ ਨਾ ਕਚਰਾ ਇਕੱਠਾ ਕਰਨਾ ਇਹ ਨਹੀਂ ਸੱਚ ਕਰਨਾ ਚਾਹੀਦਾ ਤੇ ਸਵੇਰ ਸਵੇਰ ਮਾਸ਼ਾਅੱਲਾ ਤੇ ਜਿਹੜੇ ਸੀਗੇ ਕੱਲ੍ਹ ਦੇ ਜਿਹੜੇ ਬੱਚੇ ਨੇ ਸਾਰੇ ਉਹ ਚੁੱਕਦੀ ਪਈ ਆ ਜਿਹੜੇ ਆ ਕੱਲ੍ਹ ਦੇ ਧੁੱਪ ਦੇ ਗਿੱਲੇ ਆ ਮੈਂ ਇਹਨੂੰ ਫੋਲ ਦਵਾਂ ਇਹਨੂੰ ਜਰਾ ਕਿ ਨਾ ਹਵਾ ਫਿਰ ਜਾਵੇ ਧੁੱਪ ਲੱਗ ਜਾਵੇ ਤੇ ਸੁੱਟ ਜਾ ਤੇ ਬਿਸਤਰੇ ਦਾ ਕੀ ਕਰਨਾ ਮੈਨੂੰ ਤਾਂ ਰਾਤੀ ਪਾਲਾ ਵੀ ਬਹੁਤ ਲੱਗਿਆ ਨਹੀਂ ਯਾਰ ਕੰਬਲ ਲਈਦਾ ਤੁਸੀਂ ਹਜੇ ਵੀ ਪਾਲਾ ਪਾਲਾ ਕਰੀ ਤੇ ਫੇਰ ਕੱਲੇ ਕੰਬਲ 'ਚ ਕੀ ਬਣਦਾ ਬਰਜ਼ਨ ਟੂਟੀ ਚਲਾਈ ਹੈ ਬਿਲਕੁਲ ਜੀ ਬਿਲਕੁਲ
तकरीबन 10 बज गए तो इधर देख लो जी निशा का काम। निशा ये की है पता नहीं थी है जूस इन्होंने जूस काला जूस इन्होंने बोतल मैंने भी दे दो क्या मेरे पास है कि मग गया गिलास मेनु भी दे मम्मी अद्धा गिलास पी लूं है ठंडी वैसे हां ठंडी फ्रिज लगी है अच्छा जी असी असी गए सी मुलाते मैं तो संभाल मैं कपड़े ला के आ देख लो रख दते आ सलवार ते कमीज इथे मैं टांग दते टमाटर चावल खा के आ गए समान कपड़े ला कपड़े देख लो जी कपड़े नहीं लोना कहंदा मैं नहीं लोने तेज आ कपड़े लवाउन दिया हुन कहंदा मैंने यही सी कहंदा नए कपड़े मैं पाउने नहीं जाना फिर देखो काम देखियो अच्छा आजा मिठू कपड़े लाओ ला दे मेरे कपड़े लाओ मम्मी का नहीं जाना मन की खादा सी कपड़े नहीं लाने कपड़े ला कपड़े नवे कपड़े खराब हो जाए जो नवे कपड़े पै जाने फिर मैं हुने हुने ना सूट दो सिलाई करके लैके आया एक लैके आया मानी का तो एक लैके आया सुभान का माशाल्लाह देख लो जी ये कलर केड़ा आ थानू आपे अंदाजा हो जाना भी केड़ा कलर है तो हुणे हुणे लैके आया तो नाले हुण बच्चे पा के चेक कर दें भी फिटिंग ठीक आ लंबाई ठीक है तो चौड़ाई खुले बाजू तो पूरे आ पहुँचे पूरे आ अच्छा लैस लानी सी तू तो दसे नहीं मैंने लैस लानी सी इतने लैस नहीं लाई वो पट्टियां लाई दी ना लोगों ने तो कहते क्या इतने मगजियां तो काफ दे अगे कहना इतने लैस नहीं लाई तो कहना असं सादा ही बनाते लैस नहीं लाई हम इन्हें पा के चेक कर दो अच्छा जी मानी का सूट देख लो पूरा हो गया फिट तीरा देख लो बाजू बिल्कुल फिट है तीरा भी बिल्कुल फिट है मानी पर नो आ देख लो जी बिल्कुल फिट तीरा कहंदा बटन कोई नहीं आ वो कहंदा किनारी नहीं लाई कहंदा बटन है वाला ये सूट सीता तो बटन भी तो लावांगे ही ना अंदर पा के चेक कर दें सुबह आंदे ला ये तेरा सूट है आंदा भी देखो चेक कर लिया की नहीं लाना बटन लाने हैं लियावांगे तो लाना हजे काज करने बटन लाने फिर बाद दे कित्थे दुकान तो लियाने अड्डे तो फस गया ये अड्डे तो फस गया बटन कित्थे सवाल करया करन के घबराओ नहीं तुसी ओ कहंदा ओ भी कहंदा बटन कित्थे है ये कहंदा बटन कित्थे है ये कहंदा लैस नहीं लाई लैस नहीं लाई ये कहंदा लैस नहीं लाई होगा किदा ठीक है अच्छा इहदा भी देख लो जी तीरा बिल्कुल सही है फिट पूरा आ देख लो जी इन्ना एक बच्चे का तीरा होवे तो सोहना लगता ज़्यादा लटकिया भी नहीं सोहना लगता अगों भी देखिया ठीक है ज़्यादा लटकिया भी नहीं सोहना है ज़्यादा बुक्कां ते बाहां भी नहीं डिगियां सोहनी लगदी देख लो जी हैं लाने आ बटन लैके आवांगे तो लावांगे शहरों कित्थे है शहर दुकानां ते मैं नहीं बैग
ਮਹਿਰਾਨ ਸੁਭਾਨ ਦੇ ਇੱਕ ਇੱਕ ਸੂਟ ਸੀਣਾ ਸੀ, ਉਹ ਸੀ ਲਿਆ ਅਤੇ ਉਹ ਵੀ ਮੈਂ ਦਿਖਾਉਂਦੀ ਹਾਂ। ਅਤੇ ਬਾਕੀ ਜਿਹੜੀ ਵੀ ਤਿਆਰੀ ਕਰਾਂਗੇ, ਬਾਕੀ ਜਿਹੜਾ ਵੀ ਸੀਨ ਹੋਊਗਾ ਉਹ ਸਾਰਾ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਦੇ ਹਾਂ। ਅਤੇ ਤੁਸੀਂ ਜਾ ਕੇ ਨਵੇਂ ਘਰ ਨਾ ਪੌਦੇ ਦੀ ਖਬਰ ਲੈ ਆਓ ਇੱਕ ਵਾਰੀ। ਮੈਂ ਲੱਗਿਆ ਪੌਦੇ ਨੂੰ ਪਾਣੀ ਲਾਉਣ, ਖਬਰ ਕੀ ਲੈਣੀ ਹੈ ਅਸੀਂ? ਅਤੇ ਡਾਇਰੈਕਟਲੀ ਅਸੀਂ ਸਿੱਧਾ ਹੀ ਪਾਣੀ ਪਾਉਣਾ ਪੌਦਿਆਂ ਨੂੰ, ਅਤੇ ਪਾਣੀ ਪਾ ਕੇ ਅੱਲਾ ਖੈਰ ਕਰੇ ਫਿਰ ਦੇਖਦੇ ਹਾਂ ਜਿਹੜਾ ਵੀ ਸੀਨ ਹੋਊਗਾ। ਹੁਣ ਲਿਆ ਕੇ ਮੈਂ ਬੈਟਰੀ ਰੱਖਦਾ ਇੱਥੇ, ਬੈਟਰੀ ਨਾਲ ਇਹਨੂੰ ਪਾਣੀ ਪਾਉਂਦੇ ਹਾਂ, ਕਿਉਂਕਿ ਪੌਦੇ ਬੜੇ ਮਿਹਨਤ ਨਾਲ ਪਾਲੇ ਆ, ਸੁੱਕ ਨਾ ਜਾਣ। ਅਤੇ ਪੰਦਰਾਂ ਟਾਈਮ ਹੋ ਗਿਆ ਅਤੇ ਅਸੀਂ ਪਾਉਣਾ ਪੌਦੇ ਨੂੰ ਪਾਣੀ, ਅਤੇ ਮੈਂ ਬੈਟਰੀ ਲਾਈ ਪੰਪ 'ਤੇ, ਅਤੇ ਸੁਭਾਨ ਪਾਉਣ ਡਿਆ ਪੌਦੇ ਨੂੰ ਪਾਣੀ। ਇਹਨੂੰ ਵੀ ਪਾਉਣਾ ਸੁਭਾਨ ਪਰਲੇ ਨੂੰ ਵੀ ਪਾਉਣਾ। ਅੱਛਾ ਜੀ, ਮਾਸ਼ਾ ਅੱਲਾ ਦੇਖ ਲਓ, ਉਹਦੇ ਕੋਲ ਪੈਪ ਨਹੀਂ ਵੜਦਾ ਪਿਆ, ਪੈਪ ਸਖਤ ਹੈ ਨਾ, ਥੋੜ੍ਹਾ ਪਿੱਛੋਂ ਪਿੱਛੇ ਬੇਟਾ, ਇੱਧਰੋਂ ਪਿੱਛੋਂ ਕਰ ਦਈਏ, ਇਹ ਇੰਝ ਕਰ। ਚੱਲ ਹੁਣ ਹੁਣ ਰੱਖ, ਅੱਛਾ ਜੀ ਆਹ ਦੇਖ ਲਓ ਜੀ, ਆਹ ਪੌਦਾ ਜਿਹੜਾ ਨਾ, ਆਹ ਤੂਤ ਦਾ ਬੂਟਾ, ਇਹ ਮਾਸ਼ਾਅੱਲਾ ਗਮਲੇ 'ਚ ਬਾਹਰ ਨਿਕਲਿਆ, ਹੈ ਵੀ ਗੇਟ ਦੇ ਸਾਹਮਣੇ। ਗੇਟ ਦੇਖ ਲਓ ਅਤੇ ਪੌਦੇ, ਇਹ ਬੂਟਾ ਦੇਖ ਲਓ ਕਿੱਥੇ ਆ, ਯਾਨੀ ਕਿ ਇਸ ਜਦੋਂ ਗੇਟ ਨੇ ਖੁੱਲ੍ਹਣਾ ਨਾ, ਅਤੇ ਬੜਾ ਕਸਰ ਕੇ ਨਾਲ ਉਹਦੇ ਲੰਘਣਾ, ਥੋੜ੍ਹਾ ਜਿਹਾ ਫਰਕ ਹੈ, ਉਮੀਦ ਤਾਂ ਹੈ ਚੱਲਦਾ ਰਹੂਗਾ ਇੱਥੇ ਹੀ। ਅਤੇ ਕੁਛ ਭੈਣ ਭਰਾਵਾਂ ਦੇ ਕਹਿਣਾ ਸੀ ਕਿ ਬੂਟਾ ਪੁੱਟ ਦਿਓ, ਅਤੇ ਤਦ ਕਰਕੇ ਮੈਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕੀਤਾ ਕਿ ਦੇਖ ਲਓ ਜੀ ਪਿੱਲਰ ਦੇ ਸਾਹਮਣੇ ਆ ਬਿਲਕੁਲ, ਯਾਨੀ ਕਿ ਦਰਵਾਜ਼ਾ ਇਸ ਸਾਈਡ 'ਤੇ ਰਹਿ ਜਾਂਦਾ, ਅਤੇ ਪੌਦਾ ਯਾਨੀ ਕਿ ਨਾਲ ਪਿੱਲਰ ਦੇ ਸਾਹਮਣੇ, ਇਹ ਯਾਨੀ ਕਿ ਬਹੁਤ ਪਿਆਰਾ ਪੌਦਾ, ਪੁੱਟਣ ਨੂੰ ਦਿਲ ਨਹੀਂ ਕਰਦਾ। ਅਤੇ ਕੁਛ ਭੈਣਾਂ ਭਰਾਵਾਂ ਦੇ ਕਮੈਂਟ ਸੀਗੇ ਕਿ ਪੁੱਟ ਕੇ ਥੋੜ੍ਹਾ ਜਿਹਾ ਆਸੇ ਪਾਸੇ ਕਰ ਦਿਉ। ਅਤੇ ਜਦੋਂ ਪੌਦੇ ਵਾਲੇ ਪੌਦੇ ਦੇ ਕੋਲ ਜਾਂਦੇ ਹਾਂ ਨਾ, ਤਾਂ ਸਾਨੂੰ ਬਹੁਤ ਜ਼ਿਆਦਾ ਅਫਸੋਸ ਲੱਗਦਾ, ਫਿਰ ਸਾਡਾ ਹੌਸਲਾ ਨਹੀਂ ਪੈਂਦਾ ਪੁੱਟਣ 'ਤੇ।